ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਵੀਡੀਓ ਵਿੱਚ ਸ਼ਹੀਦ ਜਥੇਦਾਰ ਭਾਈ ਗੁਰਦੇਵ ਸਿੰਘ ਜੀ ਕੌਂਕੇ, ਉਹਨਾਂ ਦੇ ਜੀਵਨ ਬਾਰੇ ਜਾਣਾਂਗੇ। ਪੰਜਾਬ ਦੇ ਲੁਧਿਆਣੇ ਜ਼ਿਲ੍ਹੇ ਦੇ ਜਗਰਾਉਂ ਤਹਿਸੀਲ ਦਾ ਇੱਕ ਕੌਂਕੇ ਬਹੁਤ ਮਸ਼ਹੂਰ ਪਿੰਡ ਹੈ। ਮੀਰੀ ਪੀਰੀ ਦੇ ਮਾਲਕ ਸਾਹਿਬ ਸ਼੍ਰੀ ਹਰਗੋਬਿੰਦ ਸਾਹਿਬ ਜੀ ਨੇ ਇਸ ਪਿੰਡ ਨੂੰ ਬਖਸ਼ਿਸ਼ ਕੀਤੀ ਸੀ ਕਿ ਇਸ ਪਿੰਡ ਵਿੱਚੋਂ ਹੀਰੇ ਪੈਦਾ ਹੋਣਗੇ। ਗੁਰੂ ਜੀ ਨੇ ਇਹ ਬਚਨ ਉਦੋਂ ਕੀਤੇ ਜਦੋਂ ਉਹ ਇਸ ਪਿੰਡ ਵਿੱਚ ਆਰਾਮ ਕਰ ਰਹੇ ਸਨ। ਤਾਂ ਇਸ ਨਗਰ ਦੇ ਨਿਵਾਸੀ ਗੁਰਸਿੱਖ ਭਾਈ ਹੀਰਾ ਜੀ ਨੇ ਕੀਰਤਨ ਦੀ ਸੇਵਾ ਕੀਤੀ ਅਤੇ ਗੁਰੂ ਜੀ ਕੀਰਤਨ ਤੋਂ ਬਹੁਤ ਪ੍ਰਭਾਵਿਤ ਹੋਏ ਅਤੇ ਮੌਕੇ 'ਤੇ ਬਚਨ ਕੀਤੇ ਕਿ ਇਸ ਪਿੰਡ ਵਿੱਚੋਂ ਹੋਰ ਹੀਰੇ ਪੈਦਾ ਹੋਣਗੇ। ਹੋਇਆ ਵੀ ਬਿਲਕੁਲ ਇਸੇ ਤਰ੍ਹਾਂ। ਭਾਈ ਹੀਰਾ ਜੀ, ਸਰਦਾਰ ਸ਼ਾਮ ਸਿੰਘ ਅਟਾਰੀ, ਮਹਾਨ ਮਾਤਾ ਕਿਸ਼ਨ ਕੌਰ ਕੌਂਕੇ, ਭਾਈ ਗੁਰਦੇਵ ਸਿੰਘ ਜੀ ਕੌਂਕੇ ਅਤੇ ਅਨੇਕਾਂ ਹੋਰ ਅਣਗਿਣਤ ਨੌਜਵਾਨ ਗੁਰਸਿੱਖ ਜਿਨ੍ਹਾਂ ਨੇ ਸਿੱਖੀ ਸੰਘਰਸ਼ ਨੂੰ ਆਪਣਾ ਸਭ ਕੁਛ ਸਮਰਪਿਤ ਕਰ ਦਿੱਤਾ ਸੀ, ਉਹ ਸਾਰੇ ਪਿੰਡ ਕੌਂਕੇ ਵਿੱਚ ਹੀ ਪੈਦਾ ਹੋਏ। ਇਹ ਛੇਵੇਂ ਪਾਤਸ਼ਾਹ ਜੀ ਦੇ ਬਚਨਾਂ ਸਦਕਾ ਹੋਇਆ। ਆਜ਼ਾਦੀ ਤੋਂ 2 ਸਾਲ ਬਾਅਦ 1949 ਵਿੱਚ ਭਾਈ ਗੁਰਦੇਵ ਸਿੰਘ ਜੀ ਦਾ ਜਨਮ ਭਾਈ ਗੁਰਦਿਆਲ ਸਿੰਘ ਜੀ ਅਤੇ ਮਾਤਾ ਚੰਦ ਕੌਰ ਜੀ ਦੇ ਘਰ ਹੋਇਆ। ਭਾਈ ਸਾਹਿਬ ਜੀ ਦੇ ਦਾਦਾ ਜੀ ਜਥੇਦਾਰ ਤੋਥਾ ਸਿੰਘ ਜੀ, ਜੋ ਨਾਨਕਸਰ ਵਾਲੇ ਬਾਬਾ ਆਨੰਦ ਸਿੰਘ ਜੀ ਦੇ ਸਾਥੀ ਸਨ। ਇਸ ਤਰ੍ਹਾਂ ਭਾਈ ਸਾਹਿਬ ਨੂੰ ਗੁਰਸਿੱਖੀ ਅਤੇ ਸਿੱਖੀ ਸਿਦਕ ਨਿਭਾਉਣ ਦਾ ਜਜ਼ਬਾ ਵਿਰਾਸਤ ਵਿੱਚ ਹੀ ਮਿਲਿਆ। ਛੋਟੀ ਉਮਰ ਵਿੱਚ ਹੀ ਭਾਈ ਸਾਹਿਬ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਅੰਮ੍ਰਿਤ ਦੀ ਦਾਤ ਬਖਸ਼ੀ ਗਈ। ਭਾਈ ਸਾਹਿਬ ਜੀ ਦੁਨਿਆਵੀ ਵਿੱਦਿਆ ਸਿਰਫ 6ਵੀਂ ਜਮਾਤ ਤੱਕ ਪੜ੍ਹੇ, ਫਿਰ ਬਾਅਦ ਵਿੱਚ ਉਹ ਆਪਣਾ ਧਾਰਮਿਕ ਅਧਿਐਨ ਦਮਦਮੀ ਟਕਸਾਲ ਵਿਖੇ ਕਰਦੇ ਰਹੇ। ਉਹਨਾਂ ਨੂੰ ਬਾਬਾ ਵੀਰ ਸਿੰਘ ਜੀ ਮੱਧੋਂਕੇ ਅਤੇ ਗਿਆਨੀ ਇੰਦਰ ਸਿੰਘ ਜੀ ਬਦਨੀ ਵਾਲੇ, ਜੋ ਕਿ ਦੋਵੇਂ ਬਾਬਾ ਗੁਰਬਚਨ ਸਿੰਘ ਖਾਲਸਾ ਜੀ ਦੇ ਸਾਥੀ ਸਨ, ਉਹਨਾਂ ਦੁਆਰਾ ਉਪਦੇਸ਼ ਦਿੱਤੇ ਗਏ। ਇੱਥੋਂ ਹੀ ਭਾਈ ਸਾਹਿਬ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਦਸਮ ਗ੍ਰੰਥ ਦੀ ਕਥਾ ਦੀ ਸੇਵਾ ਕਰਨੀ ਸ਼ੁਰੂ ਕੀਤੀ। ਭਾਈ ਸਾਹਿਬ ਜੀ ਨੂੰ ਕਾਫੀ ਜ਼ਮੀਨ ਵਿਰਸੇ ਵਿੱਚ ਹੀ ਮਿਲੀ ਸੀ। ਉਹਨਾਂ ਦੀਆਂ ਪਰਿਵਾਰਕ ਲੋੜਾਂ ਹਮੇਸ਼ਾ ਪੂਰੀਆਂ ਹੁੰਦੀਆਂ ਸਨ ਅਤੇ ਇਸ ਲਈ ਭਾਈ ਸਾਹਿਬ ਨੇ ਹਮੇਸ਼ਾ ਬਿਨਾਂ ਸਵਾਰਥ ਦੇ ਕਥਾ ਕੀਤੀ। 1970 ਵਿੱਚ ਭਾਈ ਸਾਹਿਬ ਜੀ ਦਾ ਆਨੰਦ ਕਾਰਜ ਬੀਬੀ ਗੁਰਮੇਲ ਕੌਰ ਜੀ ਨਾਲ ਹੋਇਆ। ਆਨੰਦ ਕਾਰਜ ਤੋਂ ਪਹਿਲਾਂ ਬੀਬੀ ਜੀ ਨੇ ਅੰਮ੍ਰਿਤ ਛਕਿਆ ਅਤੇ ਕੇਸਕੀ ਸਜਾਈ। ਭਾਈ ਸਾਹਿਬ ਜੀ ਬਹੁਤ ਪੱਕੇ ਗੁਰਸਿੱਖ ਸਨ, ਗੁਰਮਤਿ ਵਿਵੇਕ ਦੀ ਪਾਲਣਾ ਕਰਦੇ ਸਨ। ਇਸ ਦਾ ਮਤਲਬ ਇਹ ਸੀ ਕਿ ਉਹ ਅੰਮ੍ਰਿਤਧਾਰੀ ਹੱਥਾਂ ਦਾ ਤਿਆਰ ਕੀਤਾ ਭੋਜਨ ਹੀ ਖਾਣਗੇ। ਭਾਈ ਸਾਹਿਬ ਜੀ ਆਪਣੇ ਅੰਮ੍ਰਿਤ ਵੇਲੇ ਵਿੱਚ ਵੀ ਬਹੁਤ ਸਖਤ ਸਨ। ਰੋਜ਼ਾਨਾ ਸਵੇਰੇ 2 ਵਜੇ ਉੱਠਦੇ ਸਨ। ਸਵੇਰੇ 2 ਵਜੇ ਤੋਂ ਲੈ ਕੇ ਸਵੇਰੇ 8 ਵਜੇ ਤੱਕ ਭਾਈ ਸਾਹਿਬ ਜੀ ਆਪਣਾ ਨਿਤਨੇਮ ਕਰਦੇ। ਫਿਰ ਇਸ ਸਮੇਂ ਦੌਰਾਨ ਉਹ ਕਿਸੇ ਨਾਲ ਗੱਲ ਨਾ ਕਰਦੇ। ਭਾਈ ਸਾਹਿਬ ਜੀ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਦੇ ਜੀਵਨ ਤੋਂ ਬਹੁਤ ਪ੍ਰਭਾਵਿਤ ਸਨ। 1984 ਦੇ ਆਪਰੇਸ਼ਨ ਬਲਿਊ ਸਟਾਰ ਤੋਂ ਬਾਅਦ ਭਾਈ ਗੁਰਦੇਵ ਸਿੰਘ ਕੌਂਕੇ ਜੀ ਦੇ ਮਨ 'ਤੇ ਬਹੁਤ ਡੂੰਘਾ ਅਸਰ ਪਿਆ। ਉਸ ਸਮੇਂ ਤੋਂ ਬਾਅਦ ਭਾਈ ਸਾਹਿਬ ਜੀ ਨੇ ਆਪਣੀ ਕਥਾ ਵਿੱਚ ਬ੍ਰਾਹਮਣ ਹਕੂਮਤਾਂ ਅਤੇ ਉਹਨਾਂ ਦੀਆਂ ਕੂੜ ਪ੍ਰਥਾਵਾਂ ਦੀ ਖੁੱਲ੍ਹ ਕੇ ਨਿੰਦਾ ਕਰਨੀ ਸ਼ੁਰੂ ਕਰ ਦਿੱਤੀ। ਭਾਈ ਸਾਹਿਬ ਜੀ ਦੇ ਸਿਹਰਦ ਸੁਭਾਅ ਕਾਰਨ ਭਾਈ ਸਾਹਿਬ ਜੀ ਜੋ ਵੀ ਪ੍ਰਚਾਰ ਕਰਦੇ ਸੰਗਤਾਂ ਵਿੱਚ ਉਹਨਾਂ ਦਾ ਬਹੁਤ ਪ੍ਰਭਾਵ ਪੈਂਦਾ ਸੀ। ਭਾਈ ਸਾਹਿਬ ਹਰ ਪ੍ਰਕਾਰ ਦੇ ਆਪੇ ਬਣੇ ਗੁਰੂਆਂ ਅਤੇ ਸੰਤਾਂ ਦੇ ਵਿਰੁੱਧ ਸਨ। ਭਾਈ ਸਾਹਿਬ ਦੇ ਜਗਰਾਓਂ ਇਲਾਕੇ ਵਿੱਚ ਪ੍ਰਚਾਰ ਦੇ ਨਤੀਜੇ ਵਜੋਂ ਹਰ ਪਿੰਡ ਅਤੇ ਕਸਬੇ ਵਿੱਚ ਬਹੁਤ ਸਾਰੇ ਡੇਰੇ ਬ੍ਰਾਹਮਣਵਾਦ ਦੇ ਧੰਦੇ, ਅੰਨੀ ਪੂਜਾ ਅਤੇ ਕਰਮ ਕਾਂਡ ਨੂੰ ਖਤਮ ਕਰ ਦਿੱਤਾ ਗਿਆ। ਭਾਈ ਸਾਹਿਬ ਜੀ ਦੇ ਪ੍ਰਚਾਰ ਸਦਕਾ ਜਗਰਾਓਂ ਦਾ ਇਲਾਕਾ ਨਸ਼ਾ ਮੁਕਤ ਇਲਾਕਾ ਬਣ ਗਿਆ। ਉਹਨਾਂ ਨੇ ਬਹੁਤ ਭਾਰੀ ਮਾਤਰਾ ਵਿੱਚ ਅੰਮ੍ਰਿਤ ਸੰਚਾਰ ਕਰਵਾਇਆ। ਹਰ ਪਾਸੇ ਕੇਸਰੀ ਦਸਤਾਰ ਅਤੇ ਕਾਲੇ ਗਾਤਰੇ ਦੇਖੇ ਜਾ ਸਕਦੇ ਸਨ। ਇੱਕ ਵਾਰ ਫਿਰ ਨਸ਼ਿਆਂ ਵਿੱਚ ਘਿਰਿਆ ਮਾਲਵਾ ਖੇਤਰ ਖਾਲਸਾਈ ਕ੍ਰਾਂਤੀ ਦਾ ਗਵਾਹ ਬਣਿਆ। ਵਿਆਹਾਂ ਵਿੱਚ ਜਿੱਥੇ ਪਹਿਲਾਂ ਗੰਦੇ ਗੀਤ ਸੁਣੇ ਜਾਂਦੇ ਸਨ,
ਹੁਣ ਗੁਰਬਾਣੀ ਅਤੇ ਕੀਰਤਨ ਸੁਣੇ ਜਾਂਦੇ ਹਨ। ਜਿੱਥੇ ਬੱਸਾਂ ਵਿੱਚ ਪਹਿਲਾਂ ਬਾਲੀਵੁੱਡ ਗੀਤਾਂ ਨੇ ਜਗ੍ਹਾ ਲੈ ਲਈ ਸੀ, ਹੁਣ ਬੱਸਾਂ ਵਿੱਚ ਢਾਡੀ ਬਾਰਾਂ ਅਤੇ ਧਾਰਮਿਕ ਗੀਤ ਸੁਣੇ ਜਾਂਦੇ ਸਨ। ਇਹ ਸਮਾਜਿਕ ਤਬਦੀਲੀ ਦਾ ਬਹੁਤ ਸਿਹਰਾ ਭਾਈ ਗੁਰਦੇਵ ਸਿੰਘ ਕੌਂਕੇ ਜੀ ਨੂੰ ਜਾਂਦਾ ਹੈ। ਇਸ ਦੇ ਨਤੀਜੇ ਵਜੋਂ ਜਨਵਰੀ 1986 ਵਿੱਚ ਭਾਈ ਸਾਹਿਬ ਜੀ ਨੂੰ ਖਾਲਸਾ ਪੰਥ ਦੀ ਸਰਬ ਉੱਚ ਸੇਵਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਸੇਵਾ ਲਈ ਚੁਣਿਆ ਗਿਆ। ਇਹ ਸਮਾਂ ਬਹੁਤ ਔਂਕੜਾ ਭਰਿਆ ਸੀ। ਭਾਈ ਸਾਹਿਬ ਨੇ ਇਹ ਸੇਵਾ ਇੱਕ ਨਿਡਰ ਜਰਨੈਲ ਵਜੋਂ ਕੀਤੀ। ਇਹ ਆਪਰੇਸ਼ਨ ਬਲੈਕ ਠੰਡਰ ਦੇ ਦਿਨ ਸਨ। 30 ਅਪ੍ਰੈਲ 1986 ਨੂੰ ਆਪਰੇਸ਼ਨ ਬਲੈਕ ਠੰਡਰ ਹੁੰਦਾ ਹੈ। ਦਰਬਾਰ ਸਾਹਿਬ ਕੰਪਲੈਕਸ ਵਿੱਚੋਂ ਕਈ ਖਾੜਕੂ ਸਿੰਘਾਂ ਦੀਆਂ ਗ੍ਰਿਫਤਾਰੀਆਂ ਹੁੰਦੀਆਂ ਹਨ। ਜਥੇਦਾਰ ਕੌਂਕੇ ਜੀ ਨੇ ਪਹਿਲੀ ਕਾਰਵਾਈ ਸ਼੍ਰੀ ਦਰਬਾਰ ਸਾਹਿਬ ਤੋਂ ਸਿੱਖ ਖਾੜਕੂਆਂ ਦੇ ਪਹਿਰਾਵੇ ਵਾਲੇ ਸਰਕਾਰੀ ਏਜੰਟਾਂ ਨੂੰ ਹਟਾਉਣ ਤੋਂ ਕੀਤੀ, ਜੋ ਸਰਕਾਰੀ ਏਜੰਟ ਭੇਸ ਬਦਲ ਕੇ ਖਾੜਕੂ ਸਿੰਘ ਬਣੇ ਸਨ ਅਤੇ ਦਰਬਾਰ ਸਾਹਿਬ ਵਿੱਚ ਰਹਿੰਦੇ ਸਨ। ਉਹਨਾਂ ਨੂੰ ਉੱਥੋਂ ਹਟਾਉਣ ਲਈ ਜਥੇਦਾਰ ਕੌਂਕੇ ਜੀ ਨੇ ਕਾਰਵਾਈ ਕੀਤੀ। ਇਸ ਤੋਂ ਬਾਅਦ ਉਹਨਾਂ ਨੇ ਇਹ ਯਕੀਨੀ ਬਣਾਇਆ ਕਿ ਦਰਬਾਰ ਸਾਹਿਬ ਕੰਪਲੈਕਸ ਵਿੱਚ ਕਮਰਿਆਂ ਵਿੱਚ ਲੰਗਰ ਛੱਕ ਰਹੇ ਭ੍ਰਿਸ਼ਟ ਖਾੜਕੂ ਸਿੰਘਾਂ ਨੂੰ ਰੋਕਿਆ ਜਾਵੇ ਅਤੇ ਸਾਰਿਆਂ ਨੂੰ ਗੁਰੂ ਰਾਮਦਾਸ ਲੰਗਰ ਹਾਲ ਵਿੱਚ ਹੀ ਲੰਗਰ ਛਕਾਇਆ ਜਾਵੇ। ਉਹਨਾਂ ਦਿਨਾਂ ਵਿੱਚ ਹੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਕਾਰ ਸੇਵਾ ਇਮਾਰਤ ਦੀ ਸੇਵਾ ਚੱਲ ਰਹੀ ਸੀ। ਸਭ ਤੋਂ ਪਹਿਲਾਂ ਜਥੇਦਾਰ ਕੌਂਕੇ ਜੀ ਨੇ ਗੋਲਕ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਗੁਰੂ ਘਰ ਦੀ ਗੋਲਕ ਅਤੇ ਮਾਇਆ ਅਤੇ ਬੇਈਮਾਨ ਪਾਤਰਾਂ ਦਾ ਕਬਜ਼ਾ ਨਾ ਹੋਵੇ। ਭਾਈ ਸਾਹਿਬ ਖਾਲਿਸਤਾਨ ਕਾਜ ਲਈ ਪੂਰੀ ਤਰ੍ਹਾਂ ਹਮਦਰਦ ਸਨ ਅਤੇ ਮਹਿਸੂਸ ਕਰਦੇ ਸਨ ਕਿ ਖਾਲਸੇ ਨੂੰ ਆਪਣੀ ਆਜ਼ਾਦੀ ਲਈ ਲੜਨ ਦੀ ਲੋੜ ਹੈ। ਜਥੇਦਾਰ ਕੌਂਕੇ ਜੀ ਆਪਣੇ ਲੈਕਚਰਾਂ ਵਿੱਚ ਕਹਿੰਦੇ ਸਨ ਕਿ ਜਿਹੜੇ ਲੋਕ ਅੰਦਰੂਨੀ ਮਤਭੇਦ ਰੱਖਦੇ ਹਨ, ਨਿਰਦੋਸ਼ ਹਿੰਦੂਆਂ ਨੂੰ ਮਾਰਦੇ ਹਨ, ਗੈਂਗਸਟਰਾਂ ਵਾਂਗ ਧਮਕੀਆਂ ਦਿੰਦੇ ਹਨ, ਉਹ ਸਭ ਬਹਿਰੂਪੀਏ ਖਾੜਕੂ ਸਿੰਘ ਸਿੱਖ ਸੰਘਰਸ਼ ਅਤੇ ਖਾਲਿਸਤਾਨ ਲਹਿਰ ਦੇ ਗਦਾਰ ਹਨ। ਉਹ ਅਕਸਰ ਸਿੱਖਾਂ ਵਿੱਚ ਇਨਕਲਾਬੀ ਭਾਵਨਾ ਪੈਦਾ ਕਰਨ ਦੀ ਲੋੜ ਬਾਰੇ ਚਰਚਾ ਕਰਦੇ ਸਨ। ਆਪਣੀ ਕਥਾ ਵਿੱਚ ਜਥੇਦਾਰ ਕੌਂਕੇ ਜੀ ਅਕਸਰ ਪੰਜਾਬੀ ਸਮਾਜ ਦੀਆਂ ਬੁਰਾਈਆਂ ਵਿਰੁੱਧ ਬੋਲਦੇ ਅਤੇ ਸਮਾਜਿਕ ਤਬਦੀਲੀ ਲਈ ਉਤਸ਼ਾਹਿਤ ਕਰਦੇ ਸਨ। ਆਪਣੇ ਸਮੇਂ ਦੌਰਾਨ ਉਹਨਾਂ ਨੇ ਹਜ਼ਾਰਾਂ ਗਰੀਬ ਲੜਕੀਆਂ ਦੀ ਮਦਦ ਕੀਤੀ ਜਿਨ੍ਹਾਂ ਨੂੰ ਦਾਜ ਦੇ ਲਾਲਚ ਕਾਰਨ ਉਹਨਾਂ ਦੇ ਪਤੀਆਂ ਨੇ ਛੱਡ ਦਿੱਤਾ ਸੀ। ਜਥੇਦਾਰ ਕੌਂਕੇ ਜੀ ਦੇ ਪ੍ਰਚਾਰ ਦੇ ਨਤੀਜੇ ਵਜੋਂ ਜਗਰਾਓਂ ਇਲਾਕੇ ਵਿੱਚ ਸਮਾਜਿਕ ਬੁਰਾਈਆਂ ਜਿਵੇਂ ਦਾਜ, ਸ਼ਰਾਬ, ਘਰੇਲੂ ਹਿੰਸਾ ਵਿੱਚ ਭਾਰੀ ਕਮੀ ਆਈ। ਜਥੇਦਾਰ ਜੀ ਦੇ ਸਿਹਰਦ ਸੁਭਾਅ ਦਾ ਅਜਿਹਾ ਪ੍ਰਭਾਵ ਸੀ ਕਿ ਲੋਕਾਂ ਨੇ ਆਪਣੇ ਝਗੜਿਆਂ ਨੂੰ ਅਦਾਲਤਾਂ ਅਤੇ ਥਾਣਿਆਂ ਵਿੱਚ ਲਿਜਾਣਾ ਬੰਦ ਕਰ ਦਿੱਤਾ ਸੀ। ਇਸ ਦੀ ਬਜਾਏ ਉਹ ਪਿੰਡ ਕੌਂਕੇ ਵਿੱਚ ਜਥੇਦਾਰ ਜੀ ਕੋਲ ਆਉਣ ਲੱਗੇ, ਜਿੱਥੇ ਉਹਨਾਂ ਨੂੰ ਲੱਗਦਾ ਸੀ ਕਿ ਉਹਨਾਂ ਨੂੰ ਇਨਸਾਫ ਮਿਲੇਗਾ। ਜਥੇਦਾਰ ਜੀ ਦੇ ਮਿੱਠੇ ਬੋਲ ਦੋਵੇਂ ਧਿਰਾਂ ਨੂੰ ਖੁਸ਼ ਕਰਕੇ ਤੋਰਦੇ। ਇਸ ਸਮਾਜਿਕ ਪਰਿਵਰਤਨ ਦੇ ਨਤੀਜੇ ਵਜੋਂ ਪੁਲਿਸ ਅਤੇ ਹੋਰ ਸਰਕਾਰੀ ਏਜੰਟਾਂ ਨੇ ਆਪਣੀ ਆਮਦਨ ਵਿੱਚ ਕਾਫ਼ੀ ਕਮੀ ਦੇਖੀ, ਕਿਉਂਕਿ ਉਹ ਝਗੜਿਆਂ ਤੋਂ ਰਿਸ਼ਵਤ ਜਾਂ ਫਰੋਤੀ ਵਜੋਂ ਪੈਸਾ ਪ੍ਰਾਪਤ ਕਰਨ ਵਿੱਚ ਅਸਮਰੱਥ ਸਨ। ਉਹ ਜਥੇਦਾਰ ਕੌਂਕੇ ਜੀ ਦੇ ਖਤਰਨਾਕ ਦੁਸ਼ਮਣ ਬਣ ਗਏ ਅਤੇ ਉਹਨਾਂ ਵਿਰੁੱਧ ਸਾਜ਼ਿਸ਼ਾਂ ਕਰਨ ਲੱਗ ਪਏ। 1999 ਵਿੱਚ ਕੁਝ ਖਾੜਕੂ ਸਿੰਘਾਂ ਨੇ RSS ਸਮੂਹ ਦੇ ਲੁਧਿਆਣਾ ਹੈੱਡਕੁਆਰਟਰ 'ਤੇ ਗੋਲੀਬਾਰੀ ਕੀਤੀ। ਜਥੇਦਾਰ ਸਾਹਿਬ ਦੇ ਦੁਸ਼ਮਣਾਂ ਨੇ ਮੌਕਾ ਵੇਖ ਲਿਆ। ਉਸ ਸਮੇਂ ਲੁਧਿਆਣੇ ਸਮੇਧ ਸੈਣੀ ਨਾਮਕ ਇੱਕ ਬੇਹੱਦ ਜ਼ਾਲਮ ਅਤੇ ਬੇਰਹਿਮ SSP ਭਾਈ ਸਾਹਿਬ ਨੂੰ ਹਮਲੇ ਦੀ ਜ਼ਿੰਮੇਵਾਰੀ ਕਬੂਲਣ ਲਈ ਉਹਨਾਂ ਨੂੰ ਉਲਟਾ ਲਟਕਾ ਦਿੰਦਾ ਹੈ ਅਤੇ ਕਈ ਘੰਟੇ ਤੱਕ ਤਸੀਹੇ ਦਿੱਤੇ ਗਏ। ਫਿਰ ਬਾਅਦ ਵਿੱਚ ਜਥੇਦਾਰ ਜੀ ਨੂੰ ਇੱਕ ਵਾਰ ਫਿਰ ਗ੍ਰਿਫਤਾਰ ਕੀਤਾ ਗਿਆ।
ਬਿਦਰ ਹਮਲੇ ਵਿੱਚ ਝੂਠਾ ਫਸਾਇਆ ਗਿਆ। ਪਰ ਇੱਕ ਸਾਲ ਬਾਅਦ ਜਥੇਦਾਰ ਜੀ ਨੂੰ ਫਿਰ ਰਿਹਾਅ ਕੀਤਾ ਗਿਆ। ਫਿਰ 19 ਮਈ 1991 ਨੂੰ ਭਾਈ ਸਾਹਿਬ ਜੀ ਨੂੰ ਫਿਰ ਤੋਂ ਗ੍ਰਿਫਤਾਰ ਕੀਤਾ ਗਿਆ। ਫਿਰ ਬਹੁਤ ਸਾਰੇ ਤਸੀਹੇ ਦਿੱਤੇ ਗਏ। ਉਹਨਾਂ ਨੂੰ 18 ਮਹੀਨੇ ਦੀ ਹੋਰ ਕੈਦ ਹੋਈ। ਇਸ ਤਰ੍ਹਾਂ ਜਥੇਦਾਰ ਕੌਂਕੇ ਜੀ ਨੂੰ ਵਾਰ ਵਾਰ ਝੂਠੇ ਕੇਸਾਂ ਵਿੱਚ ਚੁੱਕਿਆ ਜਾਂਦਾ ਰਿਹਾ। ਜਥੇਦਾਰ ਜੀ ਨੇ ਕਦੇ ਵੀ ਸੰਗਤਾਂ ਨੂੰ ਆਪਣੀ ਜ਼ਮਾਨਤ ਕਰਵਾਉਣ ਲਈ ਨਹੀਂ ਕਿਹਾ। ਉਹਨਾਂ ਨੇ ਹਮੇਸ਼ਾ ਆਪਣੇ ਕੇਸਾਂ ਨੂੰ ਸੱਚਾਈ ਅਤੇ ਗੁਰੂ ਮਹਾਰਾਜ ਵਿੱਚ ਪੂਰਨ ਵਿਸ਼ਵਾਸ ਰੱਖ ਕੇ ਲੜਿਆ, ਜਿਸ ਦੇ ਨਤੀਜੇ ਵਜੋਂ ਹਮੇਸ਼ਾ ਰਿਹਾਅ ਹੁੰਦੇ ਰਹੇ। ਦਰਅਸਲ ਸਰਕਾਰ ਨੂੰ ਅਕਸਰ ਅਦਾਲਤ ਵਿੱਚ ਇਹ ਮੰਨਣਾ ਪੈਂਦਾ ਸੀ ਕਿ ਉਹਨਾਂ ਉੱਤੇ ਲੱਗੇ ਦੋਸ਼ ਝੂਠੇ ਹਨ। ਇਸ ਕਾਰਨ ਸਰਕਾਰ ਨੂੰ ਭਾਰੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ। ਜਥੇਦਾਰ ਜੀ 'ਤੇ ਜੋ ਚਿੱਕੜ ਸਾਲਿਆ ਜਾਂਦਾ ਸੀ ਹਮੇਸ਼ਾ ਚਿੱਟੇ ਨਾਲੋਂ ਚਿੱਟਾ ਨਿਕਲਦਾ ਗਿਆ। ਫਿਰ ਪੰਥ ਨੇ ਜਥੇਦਾਰ ਜੀ ਦੇ ਚਰਿੱਤਰ ਅਤੇ ਬ੍ਰਾਹਮਣ ਅਧਿਕਾਰੀਆਂ ਦੇ ਚਾਲਬਾਜ਼ ਸੁਭਾਅ ਵਿੱਚ ਅੰਤਰ ਵੇਖਿਆ। ਛਿੱਟੇ ਵਜੋਂ ਜਥੇਦਾਰ ਜੀ ਦੀ ਇਨਕਲਾਬੀ ਖਾਲਸਾ ਕਿਰਦਾਰ ਦੀ ਇਮੇਜ ਬ੍ਰਾਹਮਣ ਏਜੰਸੀਆਂ ਲਈ ਇੱਕ ਬਹੁਤ ਵੱਡਾ ਕੰਡਾ ਸੀ। 20 ਦਸੰਬਰ 1992 ਨੂੰ ਤੜਕੇ 4 ਵਜੇ ਕਾਇਰ ਪੁਲਿਸ ਫੋਰਸਾਂ ਨੇ ਜਥੇਦਾਰ ਗੁਰਦੇਵ ਸਿੰਘ ਕੌਂਕੇ ਜੀ ਨੂੰ ਗ੍ਰਿਫਤਾਰ ਕਰਨ ਲਈ ਘੇਰਾ ਪਾ ਦਿੱਤਾ। ਹਾਲਾਂਕਿ ਭਾਈ ਸਾਹਿਬ ਜੀ ਦੇ ਨੌਜਵਾਨ ਭਤੀਜੇ ਦੀ ਦੇਹ ਸੰਸਕਾਰ ਲਈ ਉਹਨਾਂ ਦੇ ਘਰ ਹੋਣ ਕਾਰਨ ਉਹਨਾਂ ਨੂੰ ਕੁਝ ਘੰਟਿਆਂ ਬਾਅਦ ਭਾਈ ਸਾਹਿਬ ਨੂੰ ਛੱਡਣਾ ਪਿਆ। 5 ਦਿਨ ਬਾਅਦ ਇੰਸਪੈਕਟਰ ਗੁਰਦੀਪ ਸਿੰਘ ਦੀ ਅਗਵਾਈ ਹੇਠ ਜਥੇਦਾਰ ਕੌਂਕੇ ਜੀ ਨੂੰ ਉਹਨਾਂ ਦੇ ਪਿੰਡੋਂ ਗ੍ਰਿਫਤਾਰ ਕਰ ਲਿਆ ਗਿਆ ਜਦੋਂ ਉਹ ਤੜਕੇ ਗੁਰਦੁਆਰਾ ਸਾਹਿਬ ਵਿਖੇ ਕਥਾ ਦੀ ਸਮਾਪਤੀ ਕਰ ਰਹੇ ਸਨ। ਭਾਈ ਸਾਹਿਬ ਨੇ ਉਹਨਾਂ ਨੂੰ ਕਿਹਾ ਕਿ ਪਹਿਲਾਂ ਉਹ ਆਪਣੇ ਘਰ ਜਾਣਗੇ, ਫਿਰ ਤੁਹਾਡੇ ਨਾਲ ਜਾਣਗੇ। ਭਾਈ ਸਾਹਿਬ ਆਪਣੇ ਘਰ ਜਾਂਦੇ ਹਨ। ਉਸ ਸਮੇਂ ਪੁਲਿਸ ਦੀ ਫੋਰਸ ਅਤੇ ਬਹੁਤ ਸਥਾਨਕ ਪਿੰਡ ਦੇ ਲੋਕ ਉੱਥੇ ਮੌਜੂਦ ਸਨ। ਜਦੋਂ ਭਾਈ ਸਾਹਿਬ ਆਪਣੇ ਘਰ ਪਹੁੰਚੇ, ਉਹਨਾਂ ਨੇ ਪਹਿਲਾਂ ਇਸ਼ਨਾਨ ਕੀਤਾ, ਆਪਣੇ ਕੱਪੜੇ ਬਦਲੇ, ਫਿਰ ਜਾ ਕੇ ਜੀਪ ਵਿੱਚ ਬੈਠ ਗਏ। ਸਾਰੀ ਸੜਕ ਪਿੰਡ ਵਾਸੀਆਂ ਨਾਲ ਭਰੀ ਹੋਈ ਸੀ। ਜਥੇਦਾਰ ਕੌਂਕੇ ਜੀ ਸੰਗਤਾਂ ਨੂੰ ਸੰਬੋਧਨ ਕਰਨ ਲਈ ਉੱਠੇ। ਉਹਨਾਂ ਨੇ ਆਪਣੇ ਸਿਹਰਦ ਸੁਭਾਅ ਵਿੱਚ ਸੰਗਤਾਂ ਨੂੰ ਅੰਤਿਮ ਫਤਿਹ ਬੁਲਾਈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰਨ ਲਈ ਕਿਹਾ। ਜਥੇਦਾਰ ਜੀ ਨੂੰ ਪਤਾ ਸੀ ਕਿ ਉਹਨਾਂ ਦਾ ਸਮਾਂ ਆ ਗਿਆ ਹੈ। ਸੰਗਤਾਂ ਨੇ ਉਹਨਾਂ ਦੀ ਫਤਿਹ ਨੂੰ ਸਵੀਕਾਰ ਕੀਤਾ। ਸੰਗਤਾਂ ਦੇ ਰੋਹ ਤੋਂ ਡਰਦਿਆਂ ਪੁਲਿਸ ਨੇ ਤੇਜ਼ੀ ਨਾਲ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ। ਜਗਰਾਓਂ ਪੁਲਿਸ ਦੇ ਬਦਨਾਮ ਅਤੇ ਬੇਰਹਿਮ ਮੁਖੀ ਸਵਰਨ ਘੋਟਣਾ ਨੇ ਜਥੇਦਾਰ ਜੀ ਨੂੰ ਬਹੁਤ ਤਸੀਹੇ ਦਿੱਤੇ। 3rd degree ਟੋਰਚਰ ਕਰਨ ਅਤੇ ਲੱਤਾਂ ਉੱਤੇ ਰੋਲਰ ਘੋਟਣਾ ਫੇਰਨ ਕਾਰਨ ਉਸਦਾ ਨਾਮ ਇਹ ਪੈ ਗਿਆ ਸੀ। ਉਸ ਦੀ ਮਦਦ ਹਰਭਗਵਾਨ ਸੋਢੀ ਅਤੇ ਇੰਸਪੈਕਟਰ ਗੁਰਦੀਪ ਸਿੰਘ ਨੇ ਕੀਤੀ। ਬਾਅਦ ਵਿੱਚ ਜਥੇਦਾਰ ਕੌਂਕੇ ਜੀ ਤੋਂ ਜਗਰਾਓਂ ਦੇ CIA ਸਟਾਫ ਵਿੱਚ ਹੋਰ ਪੁੱਛਗਿੱਛ ਕੀਤੀ ਗਈ। ਜਦੋਂ ਸਵਰਨ ਘੋਟਣੇ ਨੇ ਜਥੇਦਾਰ ਕੌਂਕੇ ਜੀ ਨੂੰ ਗਾਲਾਂ ਕੱਢੀਆਂ ਅਤੇ ਕਿਰਪਾਨ ਅਤੇ ਗਾਤਰਾ ਉਤਾਰਨ ਲਈ ਕਿਹਾ, ਜਥੇਦਾਰ ਜੀ ਨੇ ਵੀਰ ਰਸ ਵਿੱਚ ਉੱਤਰ ਦਿੱਤਾ, ਰੁਕੋ, ਤੁਸੀਂ ਕਿਸ ਨੂੰ ਧਮਕੀ ਦੇ ਰਹੇ ਹੋ? ਇਹ ਸ੍ਰੀ ਸਾਹਿਬ ਕਿਰਪਾਨ ਸਾਨੂੰ ਮਹਾਨ ਕੁਰਬਾਨੀਆਂ ਕਾਰਨ ਮਿਲੀ ਹੈ ਅਤੇ ਅਸੀਂ ਮਹਾਨ ਕੁਰਬਾਨੀਆਂ ਕਰਕੇ ਇਸ ਨੂੰ ਪਹਿਨਿਆ ਹੈ। ਤੇਰੇ ਵਰਗਾ ਬ੍ਰਾਹਮਣ ਦਾ ਕੁੱਤਾ ਇਸ ਦੀ ਕੀਮਤ ਕਦੇ ਨਹੀਂ ਸਮਝ ਸਕੇਗਾ। ਦੋਵਾਂ ਵਿਚਕਾਰ ਝੜਪ ਹੋ ਗਈ ਅਤੇ ਭਾਈ ਸਾਹਿਬ ਨੂੰ ਰੋਕਣ ਲਈ 5-7 ਕਮਾਂਡੋ ਲੱਗੇ। ਜਥੇਦਾਰ ਜੀ ਦੇ ਕਕਾਰਾਂ ਨੂੰ ਹਟਾ ਦਿੱਤਾ ਗਿਆ ਅਤੇ ਉਹਨਾਂ ਨੂੰ ਬੇਰਹਿਮੀ ਨਾਲ ਕੁੱਟਿਆ ਗਿਆ, ਤਸੀਹੇ ਦਿੱਤੇ ਗਏ। ਜਥੇਦਾਰ ਕੌਂਕੇ ਜੀ ਗੁਰਮਤਿ ਵਿਵੇਕ ਰੱਖਣ ਕਰਕੇ ਕਦੇ ਵੀ ਠਾਣੇ ਵਿੱਚ ਖਾਣਾ ਨਹੀਂ ਸੀ ਖਾਂਦੇ। ਉਹਨਾਂ ਨੂੰ ਹਰ ਰੋਜ਼ ਉਹਨਾਂ ਦਾ ਪਰਿਵਾਰ ਭੋਜਨ ਤਿਆਰ ਕਰਕੇ ਲੈ ਕੇ ਆਉਂਦਾ ਸੀ, ਪਰ ਬੇਰਹਿਮ ਪੁਲਿਸ ਨੇ ਉਹਨਾਂ ਨੂੰ ਹਮੇਸ਼ਾ ਖਾਣਾ ਦੇਣ ਤੋਂ ਇਨਕਾਰ ਕੀਤਾ ਅਤੇ ਪਰਿਵਾਰ ਨੂੰ ਵਿਦਾ ਕਰ ਦਿੱਤਾ ਜਾਂਦਾ ਸੀ।
ਨਤੀਜੇ ਵਜੋਂ ਭਾਈ ਸਾਹਿਬ ਦੀ ਸਿਹਤ ਕਮਜ਼ੋਰ ਹੋ ਗਈ, ਪਰ ਉਹਨਾਂ ਨੇ ਗੁਰਮਤਿ ਵਿਵੇਕ ਦੇ ਆਪਣੇ ਧਾਰਮਿਕ ਸਿਧਾਂਤਾਂ ਨਾਲ ਕਦੇ ਸਮਝੌਤਾ ਨਹੀਂ ਕੀਤਾ। ਨੇੜਲੇ ਪਿੰਡ ਚਾੜ ਚੱਕ ਵਿੱਚ ਇੱਕ ਬਜ਼ੁਰਗ ਬੀਬੀ ਨੇ ਦੱਸਿਆ ਕਿ ਜਦੋਂ ਉਹ ਇੱਕ ਕੇਸ ਦੇ ਸੰਬੰਧ ਵਿੱਚ ਥਾਣੇ ਗਈ, ਉਸਨੇ ਭਾਈ ਸਾਹਿਬ ਨੂੰ ਦੇਖਿਆ ਅਤੇ ਉਹ ਬਹੁਤ ਨਾਜ਼ੁਕ ਹਾਲਤ ਵਿੱਚ ਸਨ। ਫਿਰ ਉਸ ਮੌਕੇ ਸਥਾਨਕ ਪਿੰਡ ਵਾਸੀਆਂ ਅਤੇ ਅਕਾਲੀ ਆਗੂਆਂ ਨੇ ਜਥੇਦਾਰ ਜੀ ਦੀ ਰਿਹਾਈ ਲਈ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ। ਜਦੋਂ ਅਕਾਲੀ ਆਗੂ ਕੈਪਟਨ ਹਰਚਰਨ ਸਿੰਘ ਰੋਡੇ ਨਾਲ ਸਥਾਨਕ ਪਿੰਡ ਵਾਸੀਆਂ ਨੇ ਪੁਲਿਸ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਤਾਂ ਉਹਨਾਂ ਨੂੰ ਦੱਸਿਆ ਗਿਆ ਕਿ ਭਾਈ ਸਾਹਿਬ 'ਤੇ ਦੋਸ਼ ਲਗਾ ਕੇ ਜੇਲ੍ਹ ਭੇਜ ਦਿੱਤਾ ਜਾਵੇਗਾ। ਹਾਲਾਂਕਿ 1 ਜਨਵਰੀ 1993 ਨੂੰ ਸਵਰਨ ਘੋਟਣੇ ਨੇ ਆਪਣਾ ਬਦਲਾ ਲੈ ਲਿਆ ਸੀ। ਨਤੀਜੇ ਵਜੋਂ 3 ਜਨਵਰੀ 1993 ਨੂੰ ਨਵ ਨਿਯੁਕਤ SSP ਹਰਿੰਦਰ ਚਾਹਲ ਨੇ ਅਖਬਾਰਾਂ ਨੂੰ ਦੱਸਿਆ ਕਿ ਭਾਈ ਸਾਹਿਬ ਨੂੰ ਉਹਨਾਂ ਨੂੰ ਖਾੜਕੂਆਂ ਦੁਆਰਾ ਵਰਤੇ ਗਏ ਹਥਿਆਰਾਂ ਵਾਲੇ ਭੰਡਾਰ ਵੱਲ ਲੈ ਕੇ ਜਾ ਰਹੇ ਸਨ। ਜਦੋਂ ਉਹਨਾਂ ਦੇ ਰਸਤੇ ਵਿੱਚ ਉਹਨਾਂ 'ਤੇ ਹਮਲਾ ਕੀਤਾ ਗਿਆ ਅਤੇ ਉਹਨਾਂ ਕਿਹਾ ਕਿ ਭਾਈ ਸਾਹਿਬ ਬਚ ਨਿਕਲੇ। ਹਾਲਾਂਕਿ ਹਰ ਕੋਈ ਜਾਣਦਾ ਸੀ ਕਿ ਪੰਜਾਬ ਪੁਲਿਸ ਦੀਆਂ ਇਹ ਕਹਾਣੀਆਂ ਹਮੇਸ਼ਾ ਰਚੀਆਂ ਜਾਂਦੀਆਂ ਹਨ। ਅਸਲ ਵਿੱਚ ਭਾਈ ਸਾਹਿਬ ਨੂੰ 1 ਜਨਵਰੀ ਨੂੰ ਸ਼ਹੀਦ ਕਰਕੇ ਦਰਿਆ ਵਿੱਚ ਸੁੱਟ ਦਿੱਤਾ ਸੀ ਅਤੇ ਉਹਨਾਂ ਦੇ ਟੋਟੇ ਟੋਟੇ ਕਰ ਦਿੱਤੇ ਸਨ। ਜਥੇਦਾਰ ਜੀ ਦੀ ਸ਼ਹੀਦੀ ਦੀ ਖਬਰ ਫੈਲਦਿਆਂ ਹੀ ਪੰਜਾਬ ਵਿੱਚ ਰੋਹ ਫੈਲ ਗਿਆ। ਸੰਸਾਰ ਭਰ ਦੇ ਪੰਥਕ ਆਗੂ ਭੋਗ ਮੌਕੇ ਇਕੱਠੇ ਹੋਏ। ਪੁਲਿਸ ਅਤੇ ਫੌਜ ਨੇ ਕੌਂਕੇ ਪਿੰਡ ਨੂੰ ਸੀਲ ਕਰ ਦਿੱਤਾ ਸੀ। ਮੀਡੀਆ ਵਾਲਿਆਂ ਦੇ ਫੋਟੋਗ੍ਰਾਫਿਕ ਕੈਮਰੇ ਵੀ ਤੋੜ ਦਿੱਤੇ ਗਏ। ਅਕਾਲੀ ਆਗੂਆਂ ਨੂੰ ਡੰਡਿਆਂ ਨਾਲ ਕੁੱਟਿਆ ਗਿਆ। ਇੱਥੋਂ ਤੱਕ ਕਿ ਬਹੁਤ ਹੀ ਸ਼ੱਕੀ ਅਕਾਲੀ ਆਗੂ ਪ੍ਰਕਾਸ਼ ਬਾਦਲ ਨੇ ਜਥੇਦਾਰ ਜੀ ਦੇ ਕਤਲ ਦੀ ਜਾਂਚ ਦੀ ਮੰਗ ਕੀਤੀ ਸੀ, ਪਰ ਦਹਾਕਿਆਂ ਬਾਅਦ ਵੀ ਕੁਝ ਨਾ ਹੋਇਆ। ਜਦੋਂ ਵੀ ਪਰਿਵਾਰ ਨੇ ਮਾਮਲਾ ਉਠਾਇਆ ਤਾਂ ਕਈ ਹੋਰ ਬੇਕਸੂਰ ਪੁਲਿਸ ਦੀਆਂ ਵਧੀਕੀਆਂ ਦਾ ਸ਼ਿਕਾਰ ਹੋ ਗਏ। ਸ਼ੱਕੀ ਲੋਕਾਂ ਦੀ ਘੁਸਪੈਠ, ਡਰ, ਧਮਕੀਆਂ ਅਤੇ ਰਿਸ਼ਵਤਖੋਰੀ ਦੁਆਰਾ ਕੇਸ ਨੂੰ ਹਮੇਸ਼ਾ ਲਟਕਾਇਆ ਜਾਂ ਟਾਲ ਦਿੱਤਾ ਜਾਂਦਾ। ਇੱਥੋਂ ਤੱਕ ਕਿ ਜਥੇਦਾਰ ਜੀ ਦੇ ਜਵਾਨ ਪੁੱਤਰ ਹਰੀ ਸਿੰਘ ਨੂੰ ਵੀ ਨਹੀਂ ਬਖਸ਼ਿਆ ਗਿਆ। ਉਹਨਾਂ ਉੱਤੇ ਬੰਬ ਧਮਾਕੇ ਦਾ ਝੂਠਾ ਕੇਸ ਪਾ ਦਿੱਤਾ ਗਿਆ, ਭਾਵੇਂ ਕਿ 19 ਦਿਨੀ ਉਹ ਸਕੂਲ ਵਿੱਚ ਸਨ ਅਤੇ ਸਕੂਲ ਦਾ ਰਜਿਸਟਰ ਉਹਨਾਂ ਦੀ ਹਾਜ਼ਰੀ ਦੀ ਪੁਸ਼ਟੀ ਕਰਦਾ ਸੀ, ਜਿਸ ਦੇ ਫਲਸਰੂਪ ਉਹਨਾਂ ਦੀ ਰਿਹਾਈ ਹੋਈ। ਭਾਈ ਸਾਹਿਬ ਦੇ ਵੱਡੇ ਸਪੁੱਤਰ ਭਾਈ ਰਾਮ ਸਿੰਘ ਨੂੰ ਵੀ ਪੁਲਿਸ ਨੇ ਕਈ ਮੌਕਿਆਂ 'ਤੇ ਚੁੱਕ ਲਿਆ ਅਤੇ ਤਸੀਹੇ ਦਿੱਤੇ। ਅਕਾਲੀ ਪਾਰਟੀ ਨੇ ਇਹ ਕਹਿ ਕੇ ਅਗਲੀਆਂ ਚੋਣਾਂ ਲੜੀਆਂ ਕਿ ਉਹ 1984 ਤੋਂ ਬਾਅਦ ਦੇ ਸਮੇਂ ਦੀ ਪੜਤਾਲ ਕਰੇਗੀ ਅਤੇ ਵਾਈਟ ਪੇਪਰ ਤਿਆਰ ਕਰੇਗੀ। ਇਸ ਨੇ ਚੋਣ ਬਹੁਤ ਵੱਡੀ ਗਿਣਤੀ ਨਾਲ ਜਿੱਤ ਲਈ, ਪਰ ਬਾਦਲ ਜਲਦੀ ਹੀ ਹਰ ਵਾਅਦੇ ਨੂੰ ਭੁੱਲ ਗਏ ਅਤੇ ਆਪਣਾ ਸਮਾਂ ਆਪਣੀ ਦੌਲਤ ਵਧਾਉਣ ਲਈ ਵਰਤਿਆ। ਜਦੋਂ ਭਾਈ ਸਾਹਿਬ ਦੇ ਪਰਿਵਾਰ ਨੇ ਪੂਰੀ ਜਾਂਚ ਲਈ ਅਕਾਲੀ ਪਾਰਟੀ ਕੋਲ ਪਹੁੰਚ ਕੀਤੀ ਤਾਂ ਪੁਲਿਸ ਅਫਸਰ ਤਿਵਾੜੀ ਨੇ ਜਾਂਚ ਕੀਤੀ, ਪਰ ਜਿਸ ਤਰ੍ਹਾਂ 1978 ਵਿੱਚ 13 ਸਿੰਘਾਂ ਦੇ ਕਤਲੇਆਮ ਦੀ ਜਾਂਚ ਰਿਪੋਰਟ, ਭਾਈ ਸਾਹਿਬ ਦੇ ਕਤਲ ਦੀ ਰਿਪੋਰਟ ਬਾਦਲ ਪ੍ਰਸ਼ਾਸਨ ਵਿੱਚ ਭੇਤ ਭਰੀ ਢੰਗ ਨਾਲ ਕਿਧਰੇ ਗਾਇਬ ਹੋ ਗਈ ਅਤੇ ਮੁੜ ਕੇ ਕਦੇ ਨਜ਼ਰ ਨਹੀਂ ਆਈ।